ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕੋਆਪਰੇਟਿਵ ਮਹਿਕਮਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਰਿਟਰਨਿੰਗ ਅਫਸਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਵੰਤ ਮਾਨ ਮੁਰਦਾਬਾਦ ਵੰਤ ਮਾਨ ਮੁਰਦਾਬਾਦ ਵੰਤ ਮਾਨ ਮੁਰਦਾਬਾਦ ਵੰਤ ਮਾਨ ਮੁਰਦਾਬਾਦ ਝਾੜੂ ਵਾਲੀ ਸਰਕਾਰ ਮੁਰਦਾਬਾਦ ਝਾੜੂ ਵਾਲੀ ਸਰਕਾਰ ਮੁਰਦਾਬਾਦ ਝਾੜੂ ਵਾਲੀ ਸਰਕਾਰ ਮੁਰਦਾਬਾਦ ਨੋਮੀਨੇਸ਼ਨ ਪੇਪਰ ਦੇ ਰਹੇ ਅੱਜ ਕੁਛ ਵੀ ਹੋਰ ਨੀ ਕਰਨਾ ਮੇਰੀ ਬੇਨਤੀ ਆ ਜੇ ਆਪਾਂ ਇੱਕ ਡੇਢ ਤੇ ਸਵਾ ਘੰਟੇ ਸਾਰਿਆਂ ਦੇ ਲੈਣੇ ਨਾ ਦੋ ਦੋ ਕਰਕੇ ਆ ਜਾਓ ਸਾਰੇ ਬਾਹਰ ਪਰਮਿੰਦਰ ਸਿੰਘ ਪੰਨੂ ਡੀਆਰ ਸਾਹਿਬ ਕੋਲ ਆਪਣੇ ਪੇਪਰ ਸਤਵਿੰਦਰ ਪਾਲ ਸਿੰਘ ਢੱਟ ਸਾਬਕਾ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਹੁਸ਼ਿਆਰਪੁਰ ਅੱਜ ਸੈਂਟਰਲ ਕੋਆਪਰੇਟਿਵ ਬੈਂਕ ਇਲੈਕਸ਼ਨ ਜਿਹੜੀ ਆ ਚੱਲ ਰਹੀ ਆ 16 ਤਰੀਕ ਨੂੰ ਇੱਥੇ ਮਤੇ ਜਿਹੜੇ ਲਾਸਟ ਸੁਭਾਵਾਂ ਨੇ ਜਮ੍ਹਾਂ ਕਰਾਉਣੇ ਸੀ ਜਿਹੜੀਆਂ ਵੋਟਾਂ ਬਣਨੀਆਂ ਬਹੁਤ ਵਧੀਆ ਢੰਗ ਨਾਲ ਉਦੋਂ ਤੱਕ ਇਲੈਕਸ਼ਨ ਹੋਈ ਆ ਸਾਰੇ ਮਤੇ ਬਣ ਗਏ ਮਤਿਆਂ ਤੋਂ ਬਾਅਦ ਬਾਹਰ ਲਿਸਟਾਂ ਲੱਗ ਗਈਆਂ ਲਿਸਟਾਂ ਤੋਂ ਬਾਅਦ ਅੱਜ ਨੋਮੀਨੇਸ਼ਨ ਦਾ ਸਮਾਂ ਸੀਗਾ 9 ਵਜੇ ਤੋਂ ਲੈ ਕੇ 1 ਵਜੇ ਤੱਕ ਰੇਲਵੇ ਰੋਡ ਹੁਸ਼ਿਆਰਪੁਰ ਦੇ ਮੁੱਖ ਦਫ਼ਤਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਅਸੀਂ ਜਦੋਂ 8:30 ਆ ਕੇ ਅਸੀਂ ਲਾਈਨਾਂ 'ਚ ਖੜ੍ਹ ਗਏ ਵੱਖ ਵੱਖ ਜ਼ੋਨਾਂ ਦੇ ਜਿਹੜੇ ਉਮੀਦਵਾਰ ਸੀ ਮੈਂ ਖੁਦ ਤਾਂ ਇਲੈਕਸ਼ਨ ਨਹੀਂ ਲੜ ਰਿਹਾ ਪਰ ਜਿਹੜੇ ਬੰਦੇ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਸਪੋਰਟ ਕਰਦੇ ਸੀਗੇ ਜਿਹੜੇ ਪੁਰਾਣੇ ਵੀ ਐਂਡ ਅਤੇ ਨਵੇਂ ਵੀ ਬੰਦੇ ਜ਼ੋਨਾਂ 'ਚ ਆਪਣੇ ਕਲੀਅਰ ਕਰਦੇ ਆ ਅਤੇ ਜਦੋਂ ਅਸੀਂ ਲਗਾਤਾਰ 9 ਵਜੇ ਤੋਂ ਅੰਦਰ ਵੜ ਕੇ ਇਹ ਸਾਰੇ ਜਾਣੇ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਆਪਣੇ ਨੋਮੀਨੇਸ਼ਨ ਪੇਪਰ ਦਾਖਲ ਕਰਾਈਏ ਤਾਂ ਸਾਨੂੰ ਮੁਲਾਜ਼ਮਾਂ ਵੱਲੋਂ ਦੱਸਿਆ ਗਿਆ ਕਿ ਆਰਓ ਸਾਹਿਬ ਤਾਂ ਆਏ ਨਹੀਂ ਮੈਂ ਮਾਨਯੋਗ ਰਜਿਸਟਰਡ ਕੋਆਪਰੇਟਿਵ ਸਹਿਕਾਰੀ ਸਭਾਵਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਮੈਂ ਹੁਣੇ ਹੀ ਪਤਾ ਕਰਦਾ ਫਿਰ ਮੈਂ ਦੁਬਾਰਾ ਫੋਨ ਕੀਤਾ ਅਤੇ ਉਹਨਾਂ ਨੇ ਮੈਨੂੰ ਕਿਹਾ ਮੈਂ ਕਿਹਾ ਜੀ 10:30 ਹੋ ਗਏ 1 ਘੰਟਾ ਹੋ ਗਿਆ ਉਹ ਕਹਿੰਦੇ ਤੁਸੀਂ ਮੈਨੂੰ ਫੋਨ ਕਰਕੇ ਮਿਸਗਾਈਡ ਕਰ ਰਹੇ ਹੋ ਬੰਦੇ ਤਾਂ ਸਾਡੇ ਉੱਥੇ ਬੈਠੇ ਆ ਉਹਨੇ ਆਪਣਾ ਅੰਦਰੋਂ ਸਾਨੂੰ ਮੋਬਾਈਲ 'ਤੇ ਦਿੱਤੀ ਆ ਜਦਕਿ ਅਸੀਂ ਉਹਨਾਂ ਨੇ ਮੈਨੂੰ ਮੋਬਾਈਲ ਨੰਬਰ ਵੀ ਦਿੱਤਾ ਅਸੀਂ ਵਾਰ ਵਾਰ ਮੋਬਾਈਲ ਟਰਾਈ ਕੀਤਾ ਪਰ ਸਾਡੇ ਮੋਬਾਈਲ 'ਤੇ ਨੂੰ ਕਿਸੇ ਨੇ ਪਿੱਕ ਨਹੀਂ ਕੀਤਾ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿਸੇ ਸੋਰਸਿਸ ਤੋਂ ਕਿ ਉਹਨਾਂ ਨੂੰ ਸਾਬਕਾ ਚੇਅਰਮੈਨ ਬੈਂਕ ਦੇ ਆਫਿਸ ਦੇ ਵਿੱਚ ਉਹਨਾਂ ਨੂੰ ਬਿਠਾਲ ਕੇ ਅਤੇ ਮੂਹਰੇ ਮੁਲਾਜ਼ਮ ਸਟ੍ਰਾਈਕ 'ਤੇ ਬਹਿ ਕੇ ਮੁਲਾਜ਼ਮਾਂ ਨੇ ਜਿੰਦਾ ਲਾ ਦਿੱਤਾ ਅਤੇ ਮੈਂ ਆ ਕੇ ਮੁਲਾਜ਼ਮਾਂ ਨੂੰ ਰਿਕੁਐਸਟ ਕੀਤੀ ਵੀ ਭਾਈ ਸਾਹਿਬ ਇਹ ਗੱਲ ਨਜਾਇਜ਼ ਆ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਅਤੇ ਸ਼ਾਬਾਸ਼ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਮੇਰੀ ਰਿਕੁਐਸਟ ਮੰਨਦੇ ਹੋਏ ਇਹ ਜਿਹੜਾ ਉਹਨਾਂ ਨੂੰ ਸਾਈਡ 'ਤੇ ਸਾਨੂੰ ਰਸਤਾ ਦੇ ਕੇ ਅੰਦਰ ਜਾਣ ਦਾ ਮੌਕਾ ਦਿੱਤਾ ਉਹਨਾਂ ਵਿੱਚੋਂ ਬਹੁਤੇ ਮੁਲਾਜ਼ਮ ਇਗਨੋਰੈਂਟ ਸੀਗੇ ਸ਼ਾਇਦ ਕੋਈ ਮੁਲਾਜ਼ਮਾਂ ਦੇ ਮੁੱਖ ਜਾਂ ਜਿਹੜੇ ਕੋਈ 2-3 ਸ਼ਾਸਕਰਤਾ ਹੁਣ ਜਿਨ੍ਹਾਂ ਨੇ ਇੱਥੇ ਮੁਲਾਜ਼ਮਾਂ ਨੂੰ ਲਿਆ ਕੇ ਬਿਠਾਇਆ ਉਹਨਾਂ ਨੂੰ ਪਤਾ ਹੋਊਗਾ ਪਰ ਬਾਕੀ ਮੁਲਾਜ਼ਮਾਂ ਨੇ ਮੇਰੀ ਗੱਲ ਨਾਲ ਸਹਿਮਤ ਹੋ ਕੇ ਸਾਨੂੰ ਅੰਦਰ ਆਉਣ ਦਾ ਮੌਕਾ ਦਿੱਤਾ ਜ਼ਿਆਦਾ ਸਵਾਲ ਉਹੀ ਹੈ ਕਿ ਮੁਲਾਜ਼ਮਾਂ ਨੇ ਆਪਣਾ ਧਰਨਾ ਦੇਣਾ ਸੀਗਾ ਧਰਨਾ ਤੇ ਉਹ ਗੇਟ 'ਤੇ ਦੇਣਾ ਚਾਹੀਦਾ ਸੀ ਕਿਉਂਕਿ ਇਲੈਕਸ਼ਨ ਪ੍ਰੋਗਰਾਮ ਜਿਹੜਾ ਇਲੈਕਸ਼ਨ ਪ੍ਰੋਗਰਾਮ ਆ ਉਹ ਬਹੁਤ ਹੀ ਸੀਰੀਅਸ ਪ੍ਰੋਗਰਾਮ ਹੁੰਦਾ ਹਾਂਜੀ ਉਹ ਸੀਰੀਅਸ ਪ੍ਰੋਗਰਾਮ ਹੁੰਦਾ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਵਿਘਨ ਪਾਉਣਾ ਉਹ ਠੀਕ ਨਹੀਂ ਆ ਅਸੀਂ ਅੰਦਰ ਜਾ ਕੇ ਦੇਖਿਆ ਤਾਂ ਮੁਲਾਜ਼ਮ ਸ਼ਾਂਤੀ ਨਾਲ ਬੈਠੇ ਸੀਗੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਗੱਲ ਆ ਅਤੇ ਉਹਨਾਂ ਨੇ ਪਹਿਲੀ ਸੱਟੀ ਸਗੋਂ ਮੈਨੂੰ ਇਹ ਆਪਣੇ ਆਰਓ ਸਾਹਿਬ ਨੇ ਕਿਹਾ ਕਿ ਸਾਨੂੰ ਤਾਂ ਇੱਥੇ ਬੰਧਕ ਬਣਾਇਆ ਹੈ ਜੀ ਪਰ ਜਦੋਂ ਤੁਸੀਂ ਸਾਰੇ ਮੁਲਾਜ਼ਮਾਂ ਦੇ ਸਾਹਮਣੇ ਮੈਂ ਇਹ ਕਿਹਾ ਵੀ ਬਹੁਤ ਮਾੜੀ ਗੱਲ ਆ ਬੰਧਕ ਬਣਾਉਣ ਦੀ ਤਾਂ ਹੁਣ ਤੱਕ ਭਾਵੇਂ ਉਹ ਆਪਣੇ ਉਹ ਗੱਲ ਸਪਸ਼ਟ ਕਰਨ ਪਰ ਮੈਂ ਇਹ ਸਮਝਦਾ ਕਿ ਜਿਹੜੀਆਂ ਇਹ ਕੋਆਪਰੇਟਿਵ ਸਹਿਕਾਰੀ ਸਭਾਵਾਂ ਦੀਆਂ ਚੋਣਾਂ ਆ ਉਹ ਲੋਕਾਂ ਦੀਆਂ ਨੁਮਾਇੰਦਗੀ ਆ ਸਾਨੂੰ ਉਮੀਦ ਨਹੀਂ ਸੀ ਜਿਹੜੀ ਨਵੀਂ ਬਣੀ ਪੰਜਾਬ ਦੀ ਸਰਕਾਰ ਕਿ ਉਹ ਇਸ ਤਰ੍ਹਾਂ ਕਿਸੇ ਦੇ ਸਾਜਿਸ਼ ਰਚ ਕੇ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਵੱਡੀ ਸਾਜਿਸ਼ ਆ ਆਉਣ ਵਾਲੇ ਦਿਨਾਂ 'ਚ ਇਹਦਾ ਪਤਾ ਲੱਗ ਜੂਗਾ ਮੈਂ ਆਲਰੇਡੀ ਇਸ ਸੰਬੰਧ ਦੇ ਵਿੱਚ ਹਾਈਕੋਰਟ 'ਚ ਗਿਆ ਹਾਂ ਕੱਲ੍ਹ ਵੀ ਡੇਟ ਸੀ ਅੱਜ ਵੀ ਸਾਡੀ ਹਾਈਕੋਰਟ ਡੇਟ ਆ ਵਕੀਲ ਸਾਹਿਬ ਜ਼ਿਆਦਾ ਦੱਸ ਸਕਦੇ ਆ ਕਿ ਇਹ ਜਿਹੜੀ ਇਲੈਕਸ਼ਨ ਆ ਸਾਨੂੰ ਪਹਿਲਾਂ ਤੋਂ ਹੀ ਖਦਸ਼ਾ ਸੀਗਾ ਕਿ ਔਰ ਮੈਨੂੰ ਇਹ ਗੱਲ ਮੁੱਕੀ ਨਹੀਂ ਆ ਅੱਜ ਕਾਗਜ਼ ਦਾਖਲ ਹੋਏ ਆ ਸਾਨੂੰ ਉਮੀਦ ਆ ਕਿ ਸਾਡੇ ਬੰਦਿਆਂ ਦੇ ਕੱਲ੍ਹ ਜਾਂ ਪਰਸੋਂ ਤੱਕ ਇਹਨਾਂ ਨੇ ਕਾਗਜ਼ ਵੀ ਰਿਜੈਕਟ ਕਰ ਦੇਣੇ ਆ ਜਦਕਿ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ
ਤੇ ਸਰਕਾਰੀ ਧਿਰ ਵਾਲੇ ਬੰਦੇ ਉਹਨਾਂ ਨੇ ਚੱਕ ਕੇ ਇਦਾਂ ਹੀ ਮੈਂਬਰ ਬਣਾਏ ਆ। ਸਿਕਿਉਰਿਟੀ ਪਰਪਸ ਦੀ ਗੱਲ ਕਰੀਏ ਆਪਾਂ ਦੇਖਦੇ ਆ ਕਿ ਜਦੋਂ ਆਮ ਤੌਰ ਤੇ ਕੁਝ ਵੀ ਹੁੰਦਾ ਫਲੈਗ ਮਾਰਚ ਵੱਡੇ ਪੱਧਰ ਤੇ ਕੀਤੇ ਜਾਂਦੇ ਨੇ, ਚਲੋ ਇਹ ਛੋਟੀਆਂ ਚੋਣਾਂ ਪਰ ਲੱਗਦਾ ਨਹੀਂ ਸਿਕਿਉਰਿਟੀ ਪਰਪਸ ਨੂੰ ਲੈ ਕੇ ਕੋਈ 2-4-5-7 ਮੁਲਾਜ਼ਮ ਇੱਥੇ ਪਹਿਲੇ ਜਿਹੜੇ ਆਰਓ ਸਾਹਿਬ ਨੂੰ ਜਿਹੜੇ ਇੱਥੇ ਡਿਵਰਟ ਕਰਨੇ ਚਾਹੀਦੇ। ਸਰ ਇਹ ਚੋਰ ਦਰਵਾਜ਼ੇ ਰਾਹੀਂ ਗਲਤ ਬੰਦਿਆਂ ਦਾ ਜਿਹੜਾ ਕਬਜ਼ਾ ਕਰਾਉਣ ਦਾ ਇਹ ਯਤਨ ਕੀਤਾ ਗਿਆ ਬੈਂਕ ਦੇ ਵਿੱਚ, ਜਿਹੜੇ ਲੋਕ ਪੁਰਾਣੇ ਟਰੂ ਕਲੋਕ ਆਪਰੇਟਰ ਆ ਉਹਨਾਂ ਨੂੰ ਅੰਦਰ ਆਉਣ ਤੋਂ ਰੋਕਣ ਲਈ ਇਹ ਸਾਜ਼ਿਸ਼ ਰਚੀ ਗਈ ਆ। ਆਉਣ ਵਾਲੇ ਦਿਨਾਂ 'ਚ ਆਪਾਂ ਹਾਈਕੋਰਟ ਦੇ ਵਿੱਚ ਜਾ ਕੇ ਇਹਦੇ ਸੰਬੰਧ ਦੇ ਵਿੱਚ ਮਾਣਯੋਗ ਹਾਈਕੋਰਟ ਸਾਹਿਬ ਤੋਂ, ਵਕੀਲ ਸਾਹਿਬ ਨਾਲ ਜਾ ਕੇ ਹੋਰ ਸਾਰੇ ਆਪਾਂ ਉਹਨਾਂ ਤੋਂ ਉਹਨਾਂ ਦੇ ਧਿਆਨ 'ਚ ਸਾਰੀ ਗੱਲ ਲਿਆਵਾਂਗੇ ਜੋ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ। ਪਰ ਮੈਨੂੰ ਇਹ ਤੋਂ ਪ੍ਰੈਸ ਦੇ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਕਿ ਹੁਣ ਇਦੋਂ ਬਾਅਦ ਇਹਨਾਂ ਕਾਗਜ਼ਾਂ ਦੀ ਸਕਰੂਟਨਿੰਗ ਆ 3 ਵਜੇ, ਉਦੋਂ ਬਾਅਦ ਫਿਰ ਇਹਨਾਂ ਨੇ ਓਬਜੈਕਸ਼ਨਸ ਲੱਗਣੇ ਆ 22 ਤਰੀਕ ਨੂੰ, 22 ਤਰੀਕ ਨੂੰ ਇਤਰਾਜ਼ਾਂ ਦੀ ਸੁਣਵਾਈ ਆ। ਤੁਸੀਂ ਉਦੋਂ ਵੀ ਇੱਦਾਂ ਹੀ ਸਾਥ ਦਿਓ, ਸਾਨੂੰ ਲੱਗਦਾ ਕਿ ਸਾਡੇ ਨਾਲ ਧੱਕੇਸ਼ਾਹੀ ਹੋਊਗੀ। ਸਾਡਾ ਮੀਡੀਆ ਜਿਹੜਾ ਇੱਕ ਚੌਥਾ ਪਿੱਲਰ ਆ, ਸਤੰਭ ਆ ਜਿਹੜਾ ਆਪਣੇ ਸਾਡੇ ਜਿਹੜੀ ਡੈਮੋਕ੍ਰੇਸੀ ਆ ਉਹਦਾ, ਉਮੀਦ ਆ ਕਿ ਤੁਸੀਂ ਸਾਡਾ ਸਾਥ ਦਿਓਗੇ ਔਰ ਆਉਣ ਵਾਲੇ ਦਿਨਾਂ 'ਚ ਵੀ ਇਸੇ ਤਰ੍ਹਾਂ। ਤੁਸੀਂ ਮੰਗ ਕੀ ਕਰਦੇ ਹੋ ਜਿਹੜੀ 3 ਘੰਟੇ ਇਹਨਾਂ ਧਰਨਾਕਾਰੀਆਂ ਦੀ ਵਜ੍ਹਾ ਦੇ ਨਾਲ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਈ ਲੇਟ, ਹਾਂਜੀ, ਕਿ ਸਰਕਾਰ ਨੂੰ ਆਰਓ ਸਾਹਿਬ ਨੂੰ ਕੋਈ ਪਰਚਾ ਦਰਜ ਕਰਵਾਉਣਾ ਚਾਹੀਦਾ? ਜ਼ਰੂਰ, ਇਹਦਾ ਇਹ ਆਰਓ ਸਾਹਿਬ ਮਾਣਯੋਗ ਇੱਥੇ ਦੇ ਅਤੇ ਇੱਥੇ ਦੀ ਯੂਨੀਅਨ ਇਹ ਸਪਸ਼ਟ ਕਰੇ ਵੀ ਜਿਹੜੇ 3 ਘੰਟੇ ਸਾਡੀ ਜਿਹੜੀ ਇਹ ਡਿਲੇ ਹੋਈ ਆ, 4 ਘੰਟੇ 3.5 ਘੰਟੇ, ਅਤੇ ਉਹਦਾ ਕੀ ਮਤਲਬ, ਉਹਦੇ 'ਚ ਬਹੁਤ ਸਾਰੇ ਬੰਦੇ ਰਹਿ ਗਏ ਹੋਣਗੇ ਨੋਮੀਨੇਸ਼ਨ ਭਰਨ ਤੋਂ, ਅਤੇ ਜਾਂ ਹੋਰ ਬੰਦੇ ਉਹਨਾਂ ਨੂੰ ਕਿਵੇਂ ਕੰਪਨਸੇਟ ਕਰਦੇ ਆ, ਇਹ ਤਾਂ ਇਹਨਾਂ ਨੂੰ ਇਹੋ ਜਵਾਬ। ਆਖਰੀ ਸਵਾਲ ਆ, ਪਹਿਲਾਂ ਜਦੋਂ ਮੀਡੀਆ ਨਾਲ ਤੁਸੀਂ ਅੰਦਰ ਜਾਂਦੇ ਹੋ ਤਾਂ ਆਰਓ ਸਾਹਿਬ ਵੱਲੋਂ ਕਿਹਾ ਜਾਂਦਾ ਸਿੱਧੇ ਤੌਰ 'ਤੇ ਕਿ ਮੈਨੂੰ ਬੰਧਕ ਬਣਾਇਆ ਜਾਂਦਾ, ਦੁਬਾਰਾ ਮੀਡੀਆ ਨਾਲ ਗੱਲਬਾਤ ਕੀਤੀ, ਉਹ ਮੁਕਰਦੇ ਕਹਿੰਦੇ ਮੈਨੂੰ ਬੰਧਕ ਨਹੀਂ ਬਣਾਇਆ। ਚਲੋ ਜੀ, ਉਹ ਦੱਸਣਗੇ, ਮੀਡੀਆ ਸਾਰਾ ਸੱਚਾਈ ਜਾਣਦਾ, ਸਾਰਾ ਕੁਝ ਤੁਹਾਡੇ ਸਾਹਮਣੇ ਹੋਇਆ, ਤੁਸੀਂ ਆਪ ਦੇ। ਥੈਂਕ ਯੂ। ਇੱਕ ਮਿੰਟ ਯਾਰ, ਇਹਨੂੰ ਸਮਝਾਇਆ ਯਾਰ ਭਾਈ, ਪ੍ਰਧਾਨ ਜੀ ਤੁਹਾਡੇ ਵੱਲੋਂ ਜਿਹੜਾ ਧਰਨਾ ਦਿੱਤਾ ਗਿਆ ਕੀ ਕਾਰਨ ਹੋ ਗਿਆ? ਸਾਡਾ ਛੇਵਾਂ ਪੇ ਕਮਿਸ਼ਨ ਹੈ ਜੀ, ਪੰਜਾਬ ਸਾਡੀ ਫੈਡਰੇਸ਼ਨ ਵੱਲੋਂ ਧਰਨਾ, ਇਹਦਾ ਨਾਮ ਦੱਸਿਓ ਨਾਲ, 10% ਕੋਆਪਰੇਟਿਵ ਬੈਂਕ, ਤੇ 3 ਦਿਨ ਤੋਂ ਸਾਡਾ ਕਲਮ ਸ਼ੋਟ ਚੱਲਦਾ ਪਿਆ ਜੀ। ਸਾਨੂੰ ਆਸ ਸੀਗੀ ਕਿ 3 ਦਿਨ ਤੋਂ ਸਾਨੂੰ ਕੋਈ ਕਾਲ ਆਊਗੀ ਪੰਜਾਬ ਗੌਰਮੈਂਟ ਵੱਲੋਂ ਜਾਂ ਰਜਿਸਟਰ ਸਾਹਿਬ ਵੱਲੋਂ ਸਾਨੂੰ ਬੁਲਾਇਆ ਜਾਊਗਾ, ਪਰ ਸਾਨੂੰ ਕੋਈ ਨਹੀਂ ਆਈ। ਅਸੀਂ ਆਪਣਾ ਪ੍ਰਦਰਸ਼ਨ ਸਵੇਰੇ ਧਰਨੇ ਦਾ ਸ਼ੁਰੂ ਕੀਤਾ ਜੀ। ਅਸੀਂ ਗੇਟ ਵਿੱਚ ਆਏ ਸੀ, ਉਹਨਾਂ ਨੂੰ ਅੰਦਰ ਵੜਨ ਤੋਂ ਰੋਕਿਆ ਗਿਆ, ਸਾਨੂੰ ਉਸ ਤੋਂ ਬਾਅਦ ਨਹੀਂ ਪਤਾ ਉਹ ਬਾਹਰ ਚਲੇ ਗਏ ਸੀਗੇ, ਸਾਨੂੰ ਉਹਦੇ ਬਾਰੇ ਕੋਈ ਨਹੀਂ ਪਤਾ। ਪਹਿਲਾਂ ਅਸੀਂ, ਹਾਂਜੀ, ਉਹਨਾਂ ਵੱਲੋਂ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਮੁਲਾਜ਼ਮਾਂ ਵੱਲੋਂ ਜਿਹੜੇ ਧਰਨਾ ਦੇ ਰਿਹਾ ਮੈਨੂੰ ਬੰਧਕ ਬਣਾਇਆ ਗਿਆ। ਬੰਧਕ ਦਾ ਸਾਡਾ ਕੋਈ ਨਹੀਂ ਹੈ ਜੀ, ਉਹਨਾਂ ਨੂੰ ਐਂਟਰ ਕਰਨ ਤੋਂ ਰੋਕਿਆ ਗਿਆ। ਆਪਣੀ ਉਹਨਾਂ ਨੇ ਸਾਨੂੰ ਡਿਮਾਂਡ ਪੁੱਛੀ, ਅਸੀਂ ਡਿਮਾਂਡ ਦੱਸੀ ਉਹਨਾਂ ਨੂੰ ਕਿ ਸਾਡੀ ਛੇਵੇਂ ਪੇ ਕਮਿਸ਼ਨ ਦਾ, ਕਿਉਂਕਿ ਸਾਡਾ ਜੋ ਸਟੈਪ ਐਜ਼ ਏ ਰਜਿਸਟਰਾਰ ਤੋਂ ਅਪਰੂਵ ਹੋਣਾ ਉਹ ਲੈਟਰ ਹੌਲੀ ਹੌਲੀ ਚੱਲ ਰਹੀ ਹੈ ਕਿ ਅਲਾਊਡ ਕਰਾ ਦਿਓ। ਕੈਮਰੇ ਤੇ ਵੀ ਕਿਹਾ ਸੀ ਅੰਦਰ ਨਹੀਂ ਬੈਠੇ ਰਿਟਰਨਿੰਗ ਅਫਸਰ ਸਾਹਿਬ। ਨਹੀਂ, ਸਾਨੂੰ ਨਹੀਂ ਪਤਾ, ਮੈਂ ਗਿਆ ਆ, ਤੁਸੀਂ ਇਹ ਕਿਹਾ ਸੀ ਅੰਦਰ ਨਹੀਂ ਆ, ਚੈੱਕ ਕਰ ਸਕਦੇ ਆ ਤੇ ਮੀਡੀਆ ਮੈਂ ਜੇ ਚੀਜ਼ ਹੁੰਦੀ ਤਾਂ ਮੈਂ ਤੁਹਾਨੂੰ ਕੱਲ ਹੀ ਕਹਿੰਦਾ ਮੀਡੀਆ ਨੂੰ ਚੈੱਕ ਕਰਨ ਗਏ। ਰੋਕਿਆ ਜਾ ਰਹੀ ਤੁਹਾਡੇ ਮੁਲਾਜ਼ਮ, ਸਾਡੇ ਚੋਂ ਕਿਸੇ ਨੇ ਨਹੀਂ ਰੋਕਿਆ? ਕਿਹਨੇ ਰੋਕਿਆ ਜੀ? ਤੁਹਾਡੇ ਮੈਡਮਾਂ ਬੈਠਿਆ ਸੀ ਮੋਰੇ, ਉਹਨਾਂ ਨੇ ਰੋਕਿਆ? ਸਾਡੇ ਵੱਲੋਂ ਕਿਸੇ ਨੇ ਰੋਕਿਆ? ਆਈ ਦਾ ਸ਼ਾਂਤੀਪੂਰਵਕ ਹਾਂ ਧਰਨਾ ਲਾਇਆ ਹੈ ਜੀ, ਅਸੀਂ ਜੇ ਉਹ ਵਿਦਰੋਹ ਕਰ ਰਹੇ ਹਾਂ, ਛੇਵੇਂ ਪੇ ਕਮਿਸ਼ਨ ਦੀ ਡਿਮਾਂਡ ਕਰ ਰਹੇ ਹਾਂ, ਪੰਜਾਬ ਸਰਕਾਰ ਦਾ ਵਿਦਰੋਹ ਕਰ ਰਹੇ ਹਾਂ। ਡੀਆਰ ਸਾਹਿਬ ਤਾਂ ਤੁਹਾਡੀਆਂ ਮੰਗਾਂ ਨਾਲ ਲੈਣਾ ਦੇਣਾ ਥੋੜੀ ਕੁਝ ਹੁੰਦਾ, ਇੱਕ ਚੋਣ ਦੀ ਪ੍ਰਕਿਰਿਆ ਲਈ ਆਏ ਸੀ? ਨੁਮਾਇੰਦਾ ਸਰਕਾਰ ਤੋਂ ਭੇਜਿਆ ਜਾਂਦਾ ਹੁੰਦਾ ਜੀ, ਉਹ ਆਪੇ ਥੋੜਾ ਉੱਠ ਕੇ ਆ ਗਏ ਆ ਜੀ, ਸਾਡਾ ਕੋਈ ਨਹੀਂ ਬਣਾਇਆ ਗਿਆ ਬੰਦਕ। ਉਹ ਦੇਖੋ ਜੀ, ਉਹਨਾਂ ਦਾ ਪ੍ਰੋਸੈਸ ਆ ਜੀ, ਜਵਾਬ ਆਇਆ ਕੁਛ, ਠੀਕ ਹੈ। ਉੱਥੇ ਵੀ ਇਹ ਵੀ ਮੰਗ ਉੱਠੀ ਆ ਕਿ ਜਿਹੜੇ ਧਰਨਾ ਦੇ ਰਹੇ ਆ ਤੁਸੀਂ, ਕੋਈ ਮੁਲਾਜ਼ਮ ਦਾ ਲੈਣਾ ਦੇਣਾ, ਇਹ ਤਾਂ ਮੁਲਾਜ਼ਮ ਹੀ ਆ ਜੀ ਬੈਂਕ ਦੇ, ਅਸੀਂ ਕੀ ਲੈਣਾ ਦੇਣਾ ਇਹਨਾਂ ਤੋਂ? ਸਰ ਇਲੈਕਸ਼ਨ ਪ੍ਰੋਸੈਸ ਹੁੰਦਾ, ਤੁਹਾਨੂੰ ਪਤਾ ਹੋਣਾ, ਤੁਸੀਂ ਵੀ ਡਿਊਟੀਆਂ ਕਰਦੇ ਹੋਵੋਗੇ, ਆਰਓ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਆ, ਤੁਸੀਂ ਆਰਓ ਨੂੰ ਇੱਕ ਡੱਕਿਆ ਜਾਣ ਤੋਂ ਇਲੈਕਸ਼ਨ ਪ੍ਰਕਿਰਿਆ ਤੁਸੀਂ ਪ੍ਰੂਫ ਕਰੋ ਜੀ, ਸਾਡੇ ਵੱਲੋਂ ਕਿਸੇ ਨੇ ਡੱਕਿਆ ਨਹੀਂ, ਸਾਡੇ ਵੱਲੋਂ ਨਹੀਂ ਡੱਕਿਆ ਗਿਆ, ਸਾਡੇ ਵੱਲੋਂ ਡੱਕਾ ਨਹੀਂ, ਅੰਦਰ ਵੜਨ ਤੋਂ ਰੋਕਿਆ ਗਿਆ ਉਹਨਾਂ ਨੂੰ ਡਿਮਾਂਡ। ਸਰ ਸਾਨੂੰ, ਤੁਸੀਂ ਕਿੱਦਾਂ ਆ ਗਏ, ਸਾਨੂੰ ਦੱਸੋ, ਦਰਵਾਜ਼ਾ ਖੁੱਲ੍ਹਾ, ਉਹ ਵੀ ਦਰਵਾਜ਼ੇ ਰਹੇ, ਪਰ ਸਾਨੂੰ ਕੀ ਪਤਾ ਕਿੱਦਾਂ ਆਏ ਆ? ਤੁਸੀਂ ਮੈਨੂੰ ਮਿਲ ਕੇ, ਮੈਂ ਤੁਹਾਨੂੰ ਰੋਕਿਆ ਭਾਈ ਸਾਹਿਬ, ਤੁਹਾਨੂੰ ਰੋਕਿਆ, ਮੈਂ ਰੋਕਿਆ ਮੇਰੇ ਵੱਲੋਂ, ਹੁਣ ਕੀ ਪਤਾ ਕਿਹੜੇ ਮੁਲਾਜ਼ਮ ਹੋਣਗੇ, ਮੈਂ ਤਾਂ ਨਹੀਂ ਰੋਕਿਆ। ਜਿੰਨੇ ਧਰਨੇ ਦੇਖੇ ਗਏ ਆ ਉਹ ਹੁੰਦੇ ਆ ਪਬਲਿਕ ਪਲੇਸ ਤੇ, ਬਾਹਰਲੀ ਸਾਈਡ ਬੈਠੇ ਸੀਗੇ, ਏਸੀ ਦੇ ਵਿੱਚ ਪਹਿਲਾਂ ਧਰਨਾ ਦੇਖਿਆ ਗਿਆ, ਕੀ ਕਹਿਣਾ ਇਹਦੇ ਬਾਰੇ? ਏਸੀ ਵਿੱਚ ਧਰਨਾ ਦਿੱਤਾ, ਉਹ ਤਾਂ ਗਰਮੀ ਕਰਕੇ ਅੰਦਰ ਆ ਗਿਆ ਜੀ, ਬੈਠ ਕੇ ਪ੍ਰੋਡਕਸ਼ਨ ਵਿੱਚ ਪਹਿਲਾਂ ਬਾਹਰ ਹੀ ਬੈਠੇ ਹੋਏ।
ਹੋਏ ਆ ਸਵੇਰ ਦੇ, ਉੱਥੇ ਰੋਕਿਆ ਗਿਆ, ਆਰੋ ਸਾਹਿਬ ਬਾਹਰ ਚਲ ਗਿਆ, ਸਾਨੂੰ ਨਹੀਂ ਪਤਾ ਤੁਹਾਡੀ ਹੜਤਾਲ ਸੀਗੀ, ਪਰ ਅੰਦਰੋਂ ਜਿੰਦਾ ਲਾਉਣ ਦਾ ਕੋਈ ਮਤਲਬ ਨਹੀਂ ਸੀ ਜਿੰਦਾ, ਸਾਡੇ ਵੱਲੋਂ ਤਾਂ ਕੈਮਰੇ, ਸਾਡੇ ਕੋਲ ਕੈਮਰਾ ਤਾਂ ਨਹੀਂ ਝੂਠ ਬੋਲ ਰਿਹਾ ਜੀ, ਅਸੀਂ ਬੋਲ ਸਕਦੇ ਕੈਮਰਾ ਤਾਂ ਨਹੀਂ ਬੋਲ ਰਿਹਾ। ਸਵਾਲ ਇਹੀ ਆ ਕਿ ਧਰਨੇ ਅਕਸਰ ਜਿਹੜੇ ਹੈਗੇ ਆ ਉਹ ਬਾਹਰ ਦਿੱਤੇ ਜਾਂਦੇ ਆ, ਬਿਲਕੁਲ ਸਹੀ ਆ ਜੀ, ਅੰਦਰ ਜਿੱਦਾਂ ਸ਼ਾਇਦ ਤੁਹਾਡਾ ਇਹ ਵੇਟਿੰਗ ਹਾਲ ਆ ਜਾਂ ਕੀ ਹੈਗਾ ਇੱਥੇ, ਇਹ ਤਾਂ ਯੂਜ਼ ਹੀ ਨਹੀਂ ਆ ਰਿਹਾ ਜੀ, ਸਾਡਾ ਵੈਸੇ ਹੀ ਰੂਮ ਆ, ਕੋਈ ਯੂਜ਼ ਨਹੀਂ ਆ ਰਿਹਾ ਤੇ ਅੰਦਰ ਹੋਣੀ ਸੀ ਬੜੀ ਠੰਡਕ ਵਾਲਾ ਬੜਾ ਵਧੀਆ ਮਾਹੌਲ ਆ। ਦੇਖੋ ਸਰ ਤੁਸੀਂ ਆਏ ਲੇਟ, ਜੇ ਸਵੇਰੇ ਆਉਂਦੇ ਸਾਰੇ ਬਾਹਰ ਹੀ ਬੈਠੇ ਹੋਏ ਸੀਗੇ, ਅਸੀਂ 2-2.5 ਘੰਟੇ ਬਾਹਰ ਹੀ ਬੈਠੇ ਰਹੇ ਹਾਂ, ਅਸੀਂ ਗੱਦੇ ਚਾਦਰਾਂ ਬਾਹਰ ਦੇਖੀਆਂ, ਧਰਨੇ ਦਾ ਮਤਲਬ ਪ੍ਰਾਈਜ਼ ਬਾਹਰ ਦੇਖਿਆ, 9-5 ਧਰਨਾ ਤਾਂ 9-5 ਬਾਹਰ ਹੀ ਬਹਿਣਾ ਜੀ, ਇਹ ਥੋੜੀ 2 ਘੰਟੇ ਬਾਹਰ ਬਹਿ ਕੇ ਬਾਕੀ ਕਲਮ ਛੋੜਿਆ ਜੀ, ਕਲਮ ਛੋੜਿਆ ਸਾਡੇ ਕਲਮ ਛੋੜਿਆ, ਜਿੰਦਾ ਸਾਡੇ ਵੱਲੋਂ ਨਹੀਂ ਇਹ ਹਿਸਾਬ ਨਾਲ ਲਾਇਆ ਗਿਆ, ਸਾਡੀ ਕਲਮ ਛੋੜ ਚੱਲਦੀ ਹੈ। ਹਾਂ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ, ਮੈਂ ਅੰਮ੍ਰਿਤਸਰ ਤੋਂ ਡਿਪਟੀ ਰਜਿਸਟਰਾਰ ਕੋਆਪਰੇਟਿਵ ਸ਼ੈਡੀ ਅੰਮ੍ਰਿਤਸਰ। ਅੱਜ ਤੁਹਾਡੀ ਇੱਥੇ ਕਾਹਦੀ ਡਿਊਟੀ ਸੀ ਸਰ? ਅੱਜ ਮੇਰੀ ਰਿਟਰਨਿੰਗ ਅਫਸਰ ਦੀ ਇੱਥੇ ਬੈਂਕ ਦੀ ਇਲੈਕਸ਼ਨ ਹੈ, ਸੈਂਟਰਲ ਕੋਆਪਰੇਟਿਵ ਬੈਂਕ ਸਾਡਾ, ਉਹਦੇ 'ਚ ਮੇਰੀ ਰਿਟਰਨਿੰਗ ਅਫਸਰ ਦੀ ਡਿਊਟੀ। ਉਹਦੀ ਟਾਈਮਿੰਗ ਕੀ ਸੀ ਸਰ? ਉਹਦੀ ਟਾਈਮਿੰਗ 9:30 ਤੋਂ ਲੈ ਕੇ 1 ਵਜੇ ਤੱਕ ਨੋਮੀਨੇਸ਼ਨ ਪੇਪਰ ਲੈਣੀ ਸੀ। ਲੇਟ ਪ੍ਰਕਿਰਿਆ ਸ਼ੁਰੂ ਹੋਈ, ਕੀ ਕਾਰਨ ਹੋ ਗਿਆ? ਉਸ ਦਾ ਕਾਰਨ ਇਹ ਸੀ ਕਿ ਅਸੀਂ ਆਪਣੇ ਟਾਈਮ ਸਿਰ 9 ਵਜੇ ਬੈਂਕ ਦੇ ਅੰਦਰ ਆ ਗਏ ਸੀ, ਜਦੋਂ ਮੈਂ ਅੰਦਰ ਆਇਆ ਉਸੇ ਵੇਲੇ ਇਹਨਾਂ ਨੇ, ਮੈਨੂੰ ਨਹੀਂ ਪਤਾ ਇਹ ਕਰਮ ਪਹਿਲਾਂ ਬਾਅਦ 'ਚ ਪਤਾ ਲੱਗਿਆ ਵੀ ਕਰਮਚਾਰੀ ਕੋਲ ਆਪਣੀਆਂ ਮੰਗਾਂ ਸਰਕਾਰ ਕੋਲੋਂ ਮੰਗ ਰਹੇ ਨੇ, ਕੁਛ ਉਹ ਸ਼ਾਮਿਲ ਸੀ, ਕੁਛ ਜਨਰਲ ਪਬਲਿਕ ਸੀ, ਮੈਨੂੰ ਜੋ ਪਤਾ ਲੱਗਿਆ, ਅਤੇ ਇਹਨਾਂ ਨੇ ਬਾਹਰੋਂ ਗੇਟ ਮਾਰ ਦਿੱਤਾ ਅਤੇ ਸਾਨੂੰ ਆਪਣੀ ਕਾਰਵਾਈ ਤੋਂ ਰੋਕ ਲਿਆ। ਬੰਦਕ ਬਣਾ ਲਿਆ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਇਹ ਜਦੋਂ ਸਟ੍ਰਾਈਕ ਕਰਦੇ ਆਪਣੀ ਤਰ੍ਹਾਂ ਦੀ ਮੰਗਾਂ ਦੀਆਂ ਅਤੇ ਉਹ ਉਹਨਾਂ ਨੂੰ ਬੈਂਕ ਬੰਦ ਉਹਨਾਂ ਨੇ ਕੀਤਾ ਸੀ, ਮੈਂ ਅੰਦਰੋਂ ਬੰਦ ਸੀ, ਇਹਦੇ ਲਈ ਮੈਂ ਨਹੀਂ ਕਹਿ ਸਕਦਾ ਕੁਛ ਵੀ, ਮੈਂ SSP ਸਾਹਿਬ ਨੂੰ ਲਿਖਿਆ ਸੀ, ਉਹਨਾਂ ਨੇ ਲਿਖਿਆ ਕਿ ਉਹਨਾਂ ਦੀ ਜਿਹੜੀ ਆ ਮੌਕੇ ਦੇ ਉੱਤੇ ਦੱਸਿਆ ਗਿਆ ਵਾ ਸਾਨੂੰ ਵੀ ਸਿਕਿਉਰਿਟੀ ਫੋਰਸ ਨਹੀਂ ਆਈ। ਠੀਕ ਹੈ, ਸਿਕਿਉਰਿਟੀ ਕਰਨ ਦਾ, ਕਿਉਂਕਿ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ 2-2 ਪਾਰਟੀ ਜਾਂ 3-4 ਅਪੋਜ਼ਿਟ ਹੁੰਦੀਆਂ ਤੇ ਸਾਨੂੰ ਇਹ ਹੁੰਦਾ ਵੀ ਕਿਤੇ ਕੋਈ ਝਗੜਾ ਨਾ ਹੋ ਜਾਏ ਤੇ ਅਸੀਂ ਸਿਕਿਉਰਿਟੀ ਮੰਗਦੇ। ਉਹ ਪਹਿਲਾਂ ਮੰਗ ਲਿਆ ਬੈਂਕ ਨੇ, ਉਹ ਦਿੱਤੀ ਹੋਈ ਲੈਟਰ ਦਿੱਤੀ ਹੋਈ ਸੀ ਉਹਨਾਂ ਨੂੰ, ਤੇ ਫਿਰ ਵੀ ਮੈਂ ਦੁਬਾਰਾ ਆ ਕੇ ਦਿੱਤੀ ਲੈਟਰ। ਹਾਂਜੀ, ਜਵਾਬ ਉਹਨਾਂ ਦਾ ਆਇਆ ਸੀ ਕਿ ਉਹ ਜਨਮ ਅਸ਼ਟਮੀ ਦੇ ਕਾਰਨ ਕਰਕੇ ਜਿਹੜੀ ਮੌਕੇ ਦੇ ਉੱਤੇ ਅਸੀਂ ਨਹੀਂ ਪ੍ਰੋਵਾਈਡ ਕਰ ਸਕਦੇ ਤੇ ਤੁਸੀਂ ਆਪਣਾ ਇਲੈਕਸ਼ਨ ਪ੍ਰੋਸੀਜਰ ਜਿਹੜਾ ਆਪਣੇ ਫੋਲੋ ਕਰੋ। ਮੈਂ ਸਵੇਰ ਦਾ ਕੋਈ ਵੀ ਫੋਨ ਜਿਹੜਾ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਮਿਸ ਕਾਲ ਨਹੀਂ ਹੈ ਕਿਸੇ ਕਿਸਮ ਦਾ ਵੀ, ਮੈਂ ਆਪਣੀ ਡਿਊਟੀ ਟਾਈਮ ਸਿਰ ਕਰਨ ਆਇਆ, ਟਾਈਮ ਸਿਰ ਮੈਂ ਲੋਕਲ ਜਿਹੜੀ ਅਥਾਰਟੀ ਹੈ ਜਿਹੜੀ ਜੇ ਉਹਨਾਂ ਨੂੰ SSP ਸਾਹਿਬ ਨੂੰ ਸੂਚਿਤ ਕੀਤਾ ਵੀ ਇੱਥੇ ਪਹੁੰਚਿਆ ਤਾਂ ਬਾਹਰੋਂ ਜਿੰਦਾ ਲੱਗਾ ਹੋਇਆ ਸੀਗਾ, ਕਈ ਬੈਂਕ ਮੁਲਾਜ਼ਮਾਂ ਨੇ ਤੁਹਾਨੂੰ ਅੰਦਰ ਪਾੜ ਕੇ ਜਿੰਦਾ ਲਗਾਤਾ ਸੀ ਬਾਹਰੋਂ? ਹਾਂ, ਮੈਨੂੰ ਪਤਾ ਨਹੀਂ ਲੱਗਾ, ਮੈਂ ਜਦੋਂ ਆਪਣੀ ਡਿਊਟੀ, ਮੈਂ ਤਾਂ ਟਾਈਮ ਸਿਰ ਆਉਣਾ ਸੀ ਨਾ, 9:30 ਦੀ ਜਗ੍ਹਾ ਮੈਂ 1/2 ਘੰਟਾ ਪਹਿਲਾਂ 45 ਮਿੰਟ ਪਹਿਲਾਂ ਆਇਆ, ਉਸ ਤੋਂ ਬਾਅਦ ਇਹ ਆਏ ਤੇ ਉਹਨਾਂ ਨੇ ਬਾਹਰੋਂ, ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿੰਦਾ ਲਗਾ ਦਿੱਤਾ। ਬੰਦਕ ਨਹੀਂ ਕਹਿ ਸਕਦੇ, ਮੈਂ ਇਹ ਨਹੀਂ ਕਹਿੰਦਾ ਉਹਨਾਂ ਦੀਆਂ ਆਪਣੀਆਂ ਮੰਗਾਂ, ਉਹ ਜਿਸ ਤਰੀਕੇ ਦੇ ਨਾਲ ਵੀ ਆਪਣੇ ਹੱਕ ਦੀ ਆਵਾਜ਼ ਉਠਾਉਣ, ਕਿਸੇ ਨੂੰ ਮੁਲਾਜ਼ਮ ਨੂੰ ਕਮਰੇ ਦੇ ਵਿੱਚ ਬੰਦ ਕਰਨਾ ਤਾਂ ਕੋਈ ਹੱਲ ਨਹੀਂ ਨਾ ਕਿਸੇ ਮੰਗ ਦਾ। ਹਾਂ, ਬਿਲਕੁਲ ਠੀਕ ਹੈ ਗੱਲ। ਤੁਸੀਂ ਹੁਣ ਤੁਹਾਡੇ ਵੱਲੋਂ ਮੰਗ ਵੀ ਕੀਤੀ ਗਈ SSP ਸਾਹਿਬ ਨੂੰ, ਤੁਸੀਂ ਪਹਿਲਾਂ ਉਹਨਾਂ ਨਾਲ ਦੱਸ ਰਹੇ ਸੀ ਗੱਲਬਾਤ ਦੌਰਾਨ ਕਿ ਮੇਰੇ ਵੱਲੋਂ ਮੰਗ ਕੀਤੀ ਗਈ ਹੈ ਕਿ ਇਹਨਾਂ ਤੇ ਪਰਚਾ ਦਰਜ ਕੀਤਾ ਹੋਇਆ। ਨਹੀਂ, ਮੈਂ ਇਹ ਨਹੀਂ ਕਿਹਾ ਕਿ ਪਰਚਾ ਦਰਜ ਕੀਤਾ, ਨਹੀਂ ਨਹੀਂ ਬਿਲਕੁਲ ਨਹੀਂ, ਪਰਚਾ ਦਰਜ ਕਰਨ ਵਾਲੀ ਕੋਈ ਗੱਲ ਨਹੀਂ ਹੋਈ, ਸਿਰਫ ਮੈਂ ਆਪਣੀ ਜਿਹੜੀ ਇਲੈਕਸ਼ਨ ਪ੍ਰੋਸੀਜਰ ਨੂੰ ਸਹੀ ਤਰੀਕੇ ਨਾਲ ਫੋਲੋ ਕਰਨ ਵਾਸਤੇ ਉਹਨਾਂ ਕੋਲੋਂ ਸਿਕਿਉਰਿਟੀ ਮੰਗੀ ਸੀ। ਤੇ ਜਿਹੜੀ ਸਰ ਇਲੈਕਸ਼ਨ ਪ੍ਰੋਸੀਜਰ ਜਿਹੜਾ ਸਹੀ ਤਰੀਕੇ ਨਾਲ ਫੋਲੋ ਨਹੀਂ ਹੋਇਆ, 3 ਘੰਟੇ ਲੇਟ ਹੋਇਆ, ਇਹਦਾ ਜ਼ਿੰਮੇਦਾਰ ਕੌਣ ਹੈ? ਇਹਦਾ ਜ਼ਿੰਮੇਦਾਰ ਤੇ ਫਿਰ ਇਹ ਦੇਖੋ, ਇਹ ਬਹੁਤਾ ਪਤਾ ਲੱਗਿਆ ਕਿ ਹੁਣ ਬੈਂਕ ਦੇ ਹੀ ਕਰਮਚਾਰੀ ਹੈ, ਦੇਖੋ ਇਸੇ ਬੈਂਕ ਦੇ ਕਰਮਚਾਰੀ ਹੈ, ਠੀਕ ਹੈ, ਇਹਦੇ ਲਈ ਮੈਂ ਕੋਈ ਸਟੇਟਮੈਂਟ ਨਹੀਂ ਦੇ ਸਕਦਾ ਕਿਸੇ ਤਰ੍ਹਾਂ ਦਾ। ਨਹੀਂ, ਐਜ਼ ਐਰੋ ਮੇਰੀ ਡਿਊਟੀ ਸਿਰਫ ਇਲੈਕਸ਼ਨ ਕਰਾਉਣ ਦੇ ਇੱਥੇ ਆ, ਮੈਂ ਸਿਰਫ ਉਹਦੇ ਬਾਰੇ ਗੱਲ ਕਰ ਸਕਦਾ, ਉਹ ਸਰਕਾਰ ਜਿਹੜੀ ਹੈ ਜਾਂ ਵਿਭਾਗ ਆਪਣੇ ਆਪ ਦੇਖੇ, ਠੀਕ ਹੈ, ਮੈਂ ਦੇਖੂੰਗਾ ਬਿਲਕੁਲ, ਜਿੰਨਾ ਲੇਟ ਹੋਇਆ ਮੈਂ ਉਹਦੀ ਰਿਪੋਰਟ ਕਰੂੰਗਾ। ਠੀਕ ਹੈ ਸਰ।